ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਮਨਜੋਤ ਸਿੰਘ ਖਬਰ ਬਾਲੀਵੁੱਡ ਤੋਂ ਸਾਹਮਣੇ ਆਈ ਹੈ ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡੇਜ਼ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧ ਗਈ ਹੈ ਨੇ ਦੱਸ ਦਈਏ ਕਿ ED ਨੇ ਅਦਾਕਾਰਾਂ ਨੂੰ 215 ਕਰੋੜ ਰੁਪਏ ਦੀ ਫਰੋਤੀ ਦੇ ਮਾਮਲੇ ਵਿੱਚ ਮুলਜ਼ਾ ਬਣਾਇਆ ਗਿਆ ਤਾਜ਼ਾ ਜਾਣਕਾਰੀ ਅਨੁਸਾਰ ED ਨੇ ਅੱਜ ਜੈਕਲਿਨ ਖਿਲਾਫ ਚਾਰ ਸ਼ੀਟ ਵੀ ਦਾਖਲ ਕਰ ਦਿੱਤੀ ਹੈ ਖਬਰਾਂ ਮੁਤਾਬਕ ED ਨੇ ਆਪਣੀ ਚਾਰ ਸ਼ੀਟ ਵਿੱਚ ਲਿਖਿਆ ਹੈ ਕਿ ਜੈਕਲਿਨ ਨੂੰ ਪਤਾ ਸੀ ਕਿ ਸੁਕੇਸ਼ ਚੰਦਰ ਸ਼ੇਖਰ ਇੱਕ ਅਪਰਾਧੀ ਹੈ ਦੱਸ ਦਈਏ ਕਿ ਸੁਕੇਸ਼ ਦਾ ਮਾਮਲਾ 200 ਕਰੋੜ ਦੀ ਰਿਕਵਰੀ ਨਾਲ ਜੁੜਿਆ ਹੈ ED ਇਸ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ 'ਚ ਜੈਕਲਿਨ ਨੂੰ ਕਈ ਵਾਰ ਸੰਮਣ ਵੀ ਭੇਜਿਆ ਗਿਆ ਸੀ ਅਤੇ ਜੈਕਲਿਨ ਨੂੰ ਪਤਾ ਸੀ ਕਿ ਸੁਕੇਸ਼ ਇੱਕ ਅਪਰਾਧੀ ਹੈ ਤੇ ਤਿਹਾੜ ਜੇਲ੍ਹ ਵਿੱਚ ਬੰਦ ਹੈ ਪਰ ਫਿਰ ਵੀ ਉਸਨੇ ਤੋਹਫੇ ਲਏ ਜਿहां ਇਸ ਵੇਲੇ ਦੀ अहम ਖਬਰ ਤਾਂ ਅਸੀਂ ਜੀ ਕਰ ਰਹੇ ਹਾਂ ਜੋ ਜੈਕਲਿਨ ਦੇ ਨਾਲ ਜੁੜੀ ਹੋਈ ਹੈ ਬਾਲੀਵੁੱਡ ਅਦਾਕਾਰਾ ਲੇਕਿਨ ਫਿਰ ਵੀ ਜੈਕਲਿਨ ਨੇ ਤਿਹਾੜ ਜੇਲ੍ਹ 'ਚ ਬੈਠੇ ਉਸ ਸੁਕੇਸ਼ ਦੇ ਕੋਲੋਂ ਮਹਿੰਗੇ ਮਹਿੰਗੇ ਤੋਹਫੇ ਲਏ ਸਨ ਤਾਂ ਜੈਕਲਿਨ ਨੂੰ ਪਤਾ ਸੀ ਕਿ ਉਹ ਇੱਕ ਕੀਮਤੀ ਤੋਹਫੇ ਕਰੋੜਾਂ ਦੇ ਰੁਪਏ ਦੇ ਲੈ ਰਹੀ ਹੈ ਤੇ ਉਹ ਧੋਖਾ ਧੜੀ ਦੇ ਪੈਸਿਆਂ ਨਾਲ ਖਰੀਦੇ ਗਏ ਨੇ ਮੁੱਖ ਗਵਾਹਾਂ ਅਤੇ ਮਲਜ਼ਮਾਂ ਦੇ ਕਈ ਬਿਆਨਾਂ ਤੋਂ ਪਤਾ ਲੱਗਾ ਹੈ ਕਿ ਜੈਕਲਿਨ ਲਗਾਤਾਰ ਵੀਡੀਓ ਕਾਲਾਂ ਰਾਹੀਂ ਵੀ ਸੁਕੇਸ਼ ਦੇ ਨਾਲ ਸੰਪਰਕ ਵਿੱਚ ਸੀ ਅਤੇ ਸੂਤਰਾਂ ਤੋਂ ਖ਼ਬਰ ਵੀ ਸਾਹਮਣੇ ਆਈ ਕਿ ਸੁਕੇਸ਼ ਨੇ ਜੈਕਲਿਨ ਨੂੰ ਮਹਿੰਗੇ ਤੋਹਫ਼ੇ ਦੇਣ ਦੀ ਗੱਲ ਕਬੂਲੀ ਹੈ ਸੂਤਰਾਂ ਮੁਤਾਬਕ ਸੁਕੇਸ਼ ਨੇ ਜੈਕਲਿਨ ਨੂੰ 10 ਕਰੋੜ ਰੁਪਏ ਦੀ ਕੀਮਤੀ ਤੌਹਫੇ ਦਿੱਤੇ ਸਨ ਈਡੀ ਨੇ ਅਭਿਨੇਤਰੀ ਦੀ 7 ਕਰੋੜ ਤੋਂ ਵੱਧ ਦੀ ਜਾਇਦਾਦ ਵੀ ਅਟੈਚ ਕੀਤੀ ਹੈ ਇਹ ਵੀ ਦੱਸਿਆ ਗਿਆ ਕਿ ਸੁਕੇਸ਼ ਨੇ ਜੈਕਲਿਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਹਿੰਗੇ ਤੋਹਫੇ ਦਿੱਤੇ ਸਨ ਪਰਿਵਾਰ ਨੂੰ ਦਿੱਤੇ ਤੋਹਫਿਆਂ ਵਿੱਚ ਕਾਰਾਂ ਮਹਿੰਗੀਆਂ ਵਸਤਾਂ ਤੋਂ ਇਲਾਵਾ 1.32 ਕਰੋੜ ਅਤੇ 15 ਲੱਖ ਰੁਪਏ ਦੇ ਫੰਡ ਸ਼ਾਮਲ ਸਨ ਜੈਕਲਿਨ ਲੰਬੇ ਸਮੇਂ ਤੋਂ ਈਡੀ ਦੇ ਨਾੜ ਆ ਤੇ ਮਾਮਲੇ ਦੀ ਜਾਂਚ ਤੋਂ ਬਾਅਦ ਈਡੀ ਨੇ ਜੈਕਲਿਨ ਅਤੇ ਆਪਣੀ ਪਕੜ ਸਖਤ ਕਰ ਦਿੱਤੀ ਹੈ ਅਤੇ ਉਸ ਨੂੰ ਮੋਲਜ਼ਮ ਵਜੋਂ ਨਾਮਜ਼ਦ ਕਰ ਦਿੱਤਾ ਗਿਆ ਜੀ ਹਾਂ ਇਸ ਤੋਂ ਪਹਿਲਾਂ ਦੱਸਿਆ ਗਿਆ ਕਿ ਸੁਕੇਸ਼ਨ ਦਿੱਲੀ ਜੇਲ੍ਹ ਵਿੱਚ ਬੰਦ ਇੱਕ ਔਰਤ ਨੂੰ 215 ਕਰੋੜ ਰੁਪਏ ਦੀ ਠੱਗੀ ਮਾਰੀ ਸੀ ਇਸ ਤੋਂ ਬਾਅਦ ਸੁਕੇਸ਼ਨ ਜੈਕਲਿਨ ਨੂੰ ਉਸੇ ਜ਼ਬਰਦਸਤੀ ਦੇ ਪੈਸੇ ਨਾਲ ਕਰੋੜਾਂ ਦੇ ਮਹਿੰਗੇ ਤੋਹਫ਼ੇ ਦਿੱਤੇ ਸਨ ਤੋਹਫ਼ਿਆਂ ਵਿੱਚ ਹੀਰੇ ਗਹਿਣੇ ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ 52 ਲੱਖ ਦੀ ਕੀਮਤ ਦਾ ਘੋੜਾ ਸਮੇਤ ਕਈ ਹੋਰ ਮਹਿੰਗੇ ਤੋਹਫ਼ੇ ਸ਼ਾਮਲ ਸਨ ਦੱਸਿਆ ਗਿਆ ਕਿ ਇਹ ਸਾਰਾ ਪੈਸਾ ਸੁਕੇਸ਼ਨ ਨੇ ਲੋਕਾਂ ਨੂੰ ਤੁਹਾਡੇ ਦੇ ਕੇ ਕਮਾਈ ਸੀ ਜੀ ਹੈ ਇਸ ਲਈ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੇਜ਼ ਦੀਆਂ ਮੁਸੀਬਤਾਂ ਹੋਰ ਵਤ ਗਈਆਂ ਨੇ ਤੇ ਵਧੇਰੀ ਜਾਣਕਾਰੀ ਦੇਖਦੇ ਰਹੋ ਅਜੀਤ ਵੈਬਟੀਵੀ